नमस्कार, आप देख रहे हैं सुप्रीम 24/7। आपको खबर दिखा रहे हैं होशियारपुर से, जहां पर फगवाड़ा चौक स्थित भाजपा के वरिष्ठ नेताओं द्वारा लगाया गया कोरोना से बचाव संबंधित जागरूकता कैंप। मौके पर मौजूद भाजपा कार्यकर्ताओं ने मास्क भी बांटे। आइए देखते हैं सुप्रीम 24/7 होशियारपुर से राज थापर की रिपोर्ट। ਦਾ ਜਿਹੜਾ ਪ੍ਰਕੋਪ ਵੱਧ ਰਿਹਾ, ਸਾਡੇ ਸਾਰੇ ਨਾਗਰਿਕਾਂ ਦਾ ਇਹ ਫਰਜ਼ ਬਣਦਾ ਹੈ ਕਿ ਜਿਹੜੀ ਕਰੋਨਾ ਦਾ ਮੁਫਤ ਇਲਾਜ ਹੈ ਉਹ ਹੈ ਮਾਸਕ, 2 ਗਜ਼ ਦੀ ਦੂਰੀ ਅਤੇ ਵਾਰ ਵਾਰ ਹੱਥ ਧੋਣੇ। ਇਸ ਗੱਲ ਨੂੰ ਅਵੇਅਰਨੈਸ ਕੰਪੇਨ ਦੇ ਤੌਰ 'ਤੇ ਅੱਜ ਅਸੀਂ ਹੁਸ਼ਿਆਰਪੁਰ ਦੇ ਵਿੱਚ ਇਹ ਫਲੈਕਸ ਲੈ ਕੇ ਵੀ ਖੜ੍ਹੇ ਹਾਂ, ਚਾਰਟ ਲੈ ਕੇ ਖੜ੍ਹੇ ਹਾਂ। ਇਹਨਾਂ 'ਤੇ ਮੈਸੇਜ ਨੇ ਕਰੋਨਾ ਦੇ ਕੀ ਇਫੈਕਟ ਨੇ, ਉਹ ਕਰੋਨਾ ਤੋਂ ਕਿਵੇਂ ਬਚਿਆ ਜਾ ਸਕਦਾ, ਅਤੇ ਨਾਲ ਨਾਲ ਅਸੀਂ ਮਾਸਕ ਵੀ ਵੰਡ ਰਹੇ ਹਾਂ। ਜਿਨ੍ਹਾਂ ਨੂੰ ਅਸੀਂ ਦੇਖ ਰਹੇ ਹਾਂ ਕਿ ਬਿਨਾਂ ਮਾਸਕ ਤੋਂ ਚੱਲਿਆ ਹੋਇਆ, ਉਹਨਾਂ ਨੂੰ ਅਸੀਂ ਮਾਸਕ ਵੀ ਦੇ ਰਹੇ ਹਾਂ। ਸੋ ਮੇਰੀ ਅਪੀਲ ਹੈ ਸਾਰੇ ਲੋਕਾਂ ਨੂੰ ਕਿ ਤੁਸੀਂ ਖੁਦ ਬਚੋ, ਸਮਾਜ ਨੂੰ ਬਚਾਓ, ਅਤੇ ਅਸੀਂ ਦੇਸ਼ ਦਾ ਬਹੁਤ ਵੱਡਾ ਭਲਾ ਕਰ ਸਕਦੇ ਹਾਂ। ਜਿਸ ਢੰਗ ਨਾਲ ਇਹ ਦੂਜੀ ਲਹਿਰ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਇਹਨੂੰ ਰੋਕਣ ਦਾ ਇੱਕੋ ਉਪਾਅ ਆ ਕਿ ਆਪਣੇ ਆਪ ਨੂੰ ਤੁਸੀਂ ਮਾਸਕ ਲਾ ਕੇ, 2 ਗਜ਼ ਦੀ ਦੂਰੀ ਰੱਖ ਕੇ, ਵਾਰ ਵਾਰ ਹੱਥ ਧੋ ਕੇ ਆਪਣੇ ਆਪ ਨੂੰ ਤੁਸੀਂ ਬਚਾਓ। ਔਰ ਜਦੋਂ ਤੁਸੀਂ ਬਚ ਗਏ ਤਾਂ ਸਮਾਜ ਆਪਣੇ ਆਪ ਬਚ ਜਾਏਗਾ, ਤੁਹਾਡਾ ਪਰਿਵਾਰ ਆਪਣੇ ਆਪ ਬਚ ਜਾਏਗਾ। ਸਰ, ਜਿੱਦਾਂ ਸਰਕਾਰ ਜਦੋਂ ਕਰੋਨਾ ਦੇ ਪੇਸ਼ੈਂਟ ਨਹੀਂ ਸੀਗੇ ਉਸ ਟਾਈਮ ਤਾਂ ਬੜੇ ਸੈਨੇਟਾਈਜ਼ ਵਗੈਰਾ ਕਰ ਰਹੀ ਸੀ, ਤਾਂ ਅੱਜ ਕੱਲ੍ਹ ਕੁਛ ਵੀ ਇੱਦਾਂ ਦਾ ਨਹੀਂ ਹੋ ਰਿਹਾ, ਜਦਕਿ ਪੇਸ਼ੈਂਟ ਬਹੁਤ ਆ। ਹਾਂ ਦੇਖੋ, ਬਿਲਕੁਲ ਗੱਲ ਠੀਕ ਹੈ। ਇਸ ਵੇਲੇ ਸਰਕਾਰ ਪੂਰਾ ਸਾਰੀਆਂ ਸਰਕਾਰਾਂ ਦਾ, ਕਿਉਂਕਿ ਇਸ਼ੂ ਇਸ ਵੇਲੇ ਕਿਸੇ ਨੂੰ ਆਲੋਚਨਾ ਕਰਨ ਦਾ ਨਹੀਂ, ਸਾਰੀਆਂ ਸਰਕਾਰਾਂ ਆਪਣੇ ਲੈਵਲ 'ਤੇ ਲੱਗੀਆਂ ਹੋਈਆਂ, ਕਿਉਂਕਿ ਸਭ ਤੋਂ ਵੱਡਾ ਕੰਸਰਨ ਹੈ ਕਿ ਅਸੀਂ ਆਦਮੀ ਦੀ ਜ਼ਿੰਦਗੀ ਨੂੰ ਕਿੱਦਾਂ ਬਚਾਉਣਾ। ਸਮਾਜ ਨੂੰ ਵੀ ਉੱਠਣਾ ਪਏਗਾ, ਸਰਕਾਰ ਨੂੰ ਵੀ ਉੱਠਣਾ ਪਏਗਾ। ਖਾਸ ਤੌਰ 'ਤੇ ਮੈਂ ਤੁਹਾਡੇ ਰਾਹੀਂ ਅਪੀਲ ਕਰਦਾ ਕਿ ਸਾਰੇ ਲੋਕ ਇਕੱਠੇ ਹੋ ਕੇ ਇਸ ਮਹਾਂਮਾਰੀ ਨੂੰ ਇੱਕ ਚੈਲੇਂਜ ਲੈ ਕੇ ਇਹਨੂੰ ਅਸੀਂ ਕਿੱਦਾਂ ਲੜਨਾ, ਕਿੱਦਾਂ ਦੌੜਾਉਣਾ, ਉਹਦੇ ਲਈ ਆਪਾਂ ਸਾਰੇ ਪ੍ਰਯਾਸ ਕਰੀਏ। ਅੱਜ ਦਾ ਕੋਵਿਡ-19 ਜਿਹੜਾ ਬੜੇ ਤੇਜ਼ੀ ਨਾਲ ਫੈਲ ਰਿਹਾ, ਇਹਦੇ ਵਿੱਚ ਲੋਕਾਂ ਨੂੰ ਜਾਗਰਿਤ ਕਰਨ ਲਈ, ਅਵੇਅਰਨੈਸ ਲਈ ਇਹ ਕਾਰਿਆਕ੍ਰਮ ਕੀਤਾ ਆ। 11 ਤੋਂ 12 ਇੱਕ ਘੰਟੇ 'ਤੇ ਕੜ ਕੇ ਸਲੋਗਨ ਲਾ ਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ, ਔਰ ਜਿਨ੍ਹਾਂ ਨੇ ਮਾਸਕ ਨਹੀਂ ਲਾਏ ਉਹਨਾਂ ਨੂੰ ਫ੍ਰੀ ਮਾਸਕ ਲਗਾਏ ਜਾ ਰਹੇ ਆ। ਔਰ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਕਿ ਕੋਵਿਡ ਤੋਂ ਆਪ ਵੀ ਬਚੋ, ਆਪਣੇ ਪਰਿਵਾਰ ਨੂੰ ਵੀ ਬਚਾਓ, ਆਪਣੇ ਇਲਾਕੇ ਨੂੰ ਵੀ ਬਚਾਓ, ਆਪਣੇ ਸ਼ਹਿਰ ਨੂੰ ਵੀ ਬਚਾਓ, ਆਪਣੇ ਦੇਸ਼ ਨੂੰ ਵੀ ਬਚਾਓ। ਮਾਸਕ ਲਾ ਕੇ ਰੱਖੋ, 2 ਗਜ਼ ਦੀ ਦੂਰੀ ਬਣਾ ਕੇ ਰੱਖੋ, ਬਗੈਰ ਕੰਮ ਤੋਂ ਘਰੋਂ ਬਾਹਰ ਨਾ ਨਿਕਲੋ। ਇਹ ਸਾਰਿਆਂ ਨੂੰ ਬੇਨਤੀ ਹੈ।